ਹਾਂਜੀ ਦੋਸਤੋ, ਆਪਾਂ ਪਹੁੰਚੇ ਹਾਂ ਬੈਣੀਵਾਲ ਪਿੰਡ, ਦਮਦਮਾ ਸਾਹਿਬ, ਮੇਨ ਰੋਡ ਦਮਦਮਾ ਸਾਹਿਬ ਮਾਨਸਾ ਰੋਡ, ਬਾਬਾ ਬਚਿੱਤਰ ਸਿੰਘ ਜੀ ਕੋਲ, ਅਤੇ ਇਹ ਦਲ ਪੰਥ ਦੇ ਘੋੜੇ ਆ। ਆਪਾਂ ਸੇਵਾ ਕਰਨ ਵਾਸਤੇ ਆਏ ਸੀ ਅੱਜ ਇੱਥੇ ਖੁਰੀਆਂ ਦੀ। ਆਪਾਂ ਸਾਰੇ ਜਾਨਵਰਾਂ ਦੇ ਖੁਰੀਆਂ ਲਾਈਆਂ, ਕਾਫੀ ਜਾਨਵਰ ਆਏ ਸੀ, ਅਤੇ ਬਾਬਾ ਜੀ ਨੇ ਜਿੱਦਾਂ ਚਾਲਾਂ ਮਾਰਨਾ ਘੋੜਿਆਂ ਨੇ, ਤਾਂ ਹੁਣ ਰੈਡੀ ਆ ਸਾਰੇ ਘੋੜੇ। ਅਤੇ ਬਈ ਇਹ ਬਾਬਾ ਜੀ ਦੀ ਬੱਗੀ ਵਾਲਾ ਘੋੜਾ ਮੇਨ, ਅਤੇ ਇਹਨੂੰ ਕਾਫੀ ਪ੍ਰੋਬਲਮ ਸੀ, ਇਹ ਕਿਤੇ ਛੱਡਿਆ ਹੋਇਆ ਸੀ ਦੂਰ ਸੇਵਾ 'ਤੇ, ਅਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਅਤੇ ਘੋੜੇ ਦੇ ਪੈਰਾਂ ਨੂੰ ਪ੍ਰੋਬਲਮ ਆ ਗਈ ਸੀ। ਅਤੇ ਮਹਾਰਾਜ ਕਿਰਪਾ ਕਰਨ ਆਪਾਂ ਇਹਦਾ ਟ੍ਰੀਟਮੈਂਟ ਕਰ ਦਿੱਤਾ, ਆਪ ਜੀ ਨੇ ਪਿੱਛੇ ਵੀਡੀਓ 'ਚ ਵੀ ਦੇਖਿਆ। ਅਤੇ ਆਹ ਦੇਖੋ, ਆਪਾਂ ਇਹਦੇ ਨਾਲ ਵੀ ਲਾਈ ਆ, ਅਤੇ ਇਹਦਾ ਨੌਂ ਜਮ੍ਹਾਂ ਖਤਮ ਹੋ ਗਿਆ ਸੀ ਵਿੱਚ ਵੀ। ਅਤੇ ਆਪਣੇ ਨਾਲ ਨੇ ਬਾਬਾ ਜੀ, ਆਪਾਂ ਸੁਣਦੇ ਹਾਂ, ਕਰਦੇ ਉਹਨਾਂ ਨਾਲ ਗੱਲ। ਬਾਬਾ ਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਸਾਰੇ ਠੀਕ ਠਾਕ ਹੈ? ਫੌਜਾਂ ਬਹੁਤ ਵਧੀਆ ਜੀ। ਅਤੇ ਮਹਾਰਾਜ ਕਿੱਦਾਂ ਲੱਗਿਆ ਜੀ ਕੰਮ? ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਚੜ੍ਹਦੀ ਤੁਰਦੇ ਨਹੀਂ ਸੀ ਜਮੇ ਵੀ। ਹਾਂਜੀ, ਜਵਾਨਾ ਜਮਾ ਤੁਰਦਾ ਨਹੀਂ ਸੀ, ਘੋੜਾ ਖੂਨ ਆ ਗਿਆ ਸੀ ਪੈਰਾਂ 'ਚ, ਪੈਰ ਹੀ ਨਹੀਂ ਸੀ ਚੱਕਦਾ। ਹਾਂਜੀ, ਤੇ ਅੱਧੇ ਘੰਟੇ 'ਚ ਘੋੜੇ ਦੇ ਦੋਨੇ ਪੈਰ ਤਿਆਰ ਹੋ ਗਏ, ਮੂਹਰਲੇ ਦੋਨਾਂ 'ਚ ਹੀ ਜ਼ਖਮ ਸੀਗੇ। ਠੀਕ ਹੈ ਜੀ। ਆਹ ਵੀਰ ਨੇ ਪਲਸਤਰ ਪੱਟੀਆਂ ਕਰੀਆਂ। ਹਾਂਜੀ, ਪਤਾ ਨਹੀਂ ਕਿੱਥੋਂ ਕਿੱਥੋਂ ਲਿਆਇਆ ਤਰੀਕੇ ਇਹੋ ਜਿਹੇ, ਬੜਾ ਵਧੀਆ ਤੁਰਤ, ਪੈਰ ਹੀ ਬਣਾ ਤਾ ਹੋ ਰਹੇ ਨੇ, ਪੈਰ ਹੀ ਖਤਮ ਸੀ ਸਾਰਾ, ਪੈਰ ਹੀ ਡੁਪਲੀਕੇਟ ਬਣਾ ਕੇ ਘੋੜਾ ਤੁਰਨ ਲੱਗਾ। ਹਾਂਜੀ ਹਾਂਜੀ, ਆਪ ਜੀ ਸਾਹਮਣੇ ਆ ਜੀ, ਪੈਰ ਜਮਾ ਵਿੱਚੋਂ ਖਤਮ ਹੋ ਗਏ ਸੀ, ਕੋਈ ਵੀ ਜਗ੍ਹਾ ਨਹੀਂ ਸੀ ਮੇਖ ਲੱਗਣ ਨੂੰ, ਤੇ ਨਾ ਹੀ ਘੋੜਾ ਪੈਰਾਂ ਦੇ ਉੱਪਰ ਵਜਨ ਦੇ ਰਿਹਾ ਸੀ, ਬਲੱਡ ਆਉਂਦਾ ਸੀ ਘੋੜੇ ਦੇ ਪੈਰਾਂ 'ਚੋਂ। ਵੀਰੋ, ਇਹ ਤਾਂ ਪਤਾ ਨਹੀਂ ਕੋਰਸ ਕਿੱਥੋਂ ਕਰਿਆ, ਪੈਰ ਹੀ ਹੋਰ ਬਣਾਤਾ ਡੁਪਲੀਕੇਟ, ਬਾਹਲੇ ਕਹਿੰਦੇ ਨੇ ਕੋਰਸ ਨਹੀਂ ਕਰਿਆ, ਮੈਂ ਕਹਿੰਦਾ ਅੰਗਰੇਜ਼ਾਂ ਦਾ ਕੋਰਸ ਕਰੀ ਫਿਰਦਾ। ਹਾਂਜੀ ਹਾਂਜੀ ਹਾਂਜੀ, ਪੈਰ ਹੀ ਡੁਪਲੀਕੇਟ ਬਣਾ ਕੇ ਤੁਰਨ ਲੱਗਾ। ਹਾਂਜੀ ਹਾਂਜੀ ਹਾਂਜੀ, ਮਹਾਰਾਜ ਇੱਦਾਂ ਆਪ ਜੀ ਨੂੰ ਵੀ ਪਤਾ ਵੀ ਕਈ, ਆਪਾਂ ਦੇਖਿਆ ਨਾ ਘੋੜਿਆਂ ਦੇ ਪੈਰਾਂ ਦੇ ਵਿੱਚ ਜਿੱਦਾਂ ਅੱਗ ਦੇ ਮੰਨ ਲਓ ਪੱਤੀਆਂ ਗਰਮ ਕਰਕੇ ਲਾਉਂਦੇ ਆ, ਕੋਈ ਸੇਕੇ ਲਾਉਂਦੇ ਆ, ਕੁਛ ਹੋਰ, ਹੈ ਨਾ, ਆਪਾਂ ਇੱਦਾਂ ਦਾ ਕੁਛ ਨਹੀਂ ਕੀਤਾ, ਬਿਲਕੁਲ ਨਹੀਂ ਕੀਤਾ ਜੀ, ਹੈ ਨਾ ਜੀ, ਆਪਾਂ ਪੱਟੀ ਲਾ ਦਿੱਤੀ, ਦਵਾਈ ਭਰ ਕੇ ਅੰਦਰ ਆਪਾਂ ਉੱਪਰ ਦੀ ਪੱਟੀ ਲਾਤੀ, ਪੱਟੀ ਦਾ ਪਲਾਸਟਰ ਕਰਕੇ ਪੂਰਾ ਵਧੀਆ, ਡੁਪਲੀਕੇਟ ਨਹੀਂ ਆਪਾਂ ਕਹਿ ਦਈਏ, ਓਰੀਜਨਲ ਪੈਰ ਨਾਲੋਂ ਵੀ ਓਰੀਜਨਲ ਬਣ ਗਿਆ। ਅਤੇ ਘੋੜੇ ਦਾ ਜਿੱਥੇ ਮਰਜ਼ੀ ਤੁਰਿਆ ਜਾਵੇ, ਨਾ ਤਾਂ ਪੈਰ ਟੁੱਟੇ, ਨਾ ਹੀ ਉਹਨੂੰ ਕੋਈ ਪ੍ਰੋਬਲਮ ਆਵੇ, ਦਰਦ ਵੀ ਨਹੀਂ ਮੰਨਦਾ, ਤੁਰਦਾ ਵੀ ਬਹੁਤ। ਹਾਂਜੀ ਹਾਂਜੀ, ਤੇ ਉਦੋਂ ਦਾ ਘੋੜਾ ਬਹੁਤ ਵਧੀਆ ਸੈੱਟ ਹੋ ਗਿਆ। ਗੱਲਬਾਤ ਆ ਵੀਰ ਸਿਰਾ। ਹਾਂਜੀ ਹਾਂਜੀ, ਤੇ ਬਹੁਤ ਵਧੀਆ ਚੜ੍ਹਦੀ ਕਲਾ ਕਰੇ ਮਹਾਰਾਜ ਗੁਰਪ੍ਰੀਤ ਦੀ, ਬਹੁਤ ਵਧੀਆ ਕੰਮ ਹੈ ਵੀਰ ਦਾ। ਤੇ ਵਾਹਿਗੁਰੂ ਜੀ, ਤੁਸੀਂ ਆਪ ਜੀ ਇੱਕ ਮੰਨ ਲਓ ਜਿਹੜੇ ਘੋੜਿਆਂ ਵਾਲੇ ਹਨਾ ਮੁੰਡੇ ਆ, ਜਾਂ ਫਾਰਮ ਵਾਲੇ ਮੁੰਡੇ ਆ, ਜਾਂ ਘੋੜੇ ਰੱਖਦੇ ਆ, ਹਨਾ, ਆਪ ਜੀ ਉਹਨਾਂ ਵਾਸਤੇ ਕੁਛ ਮਤਲਬ ਕਹਿਣਾ ਚਾਹੋਗੇ, ਮੇਰਾ ਕੰਮ ਕਿੱਦਾਂ ਦਾ ਦੂਜੇ ਲੋਕਾਂ ਨਾਲ, ਦੂਜੇ ਫੈਰੀਅਰਾਂ ਨਾਲੋਂ ਆਪਣੇ ਕੰਮ 'ਚ ਕਿੰਨਾ ਕੁ ਫਰਕ ਆ? ਬਹੁਤ ਵਧੀਆ ਵੀਰ, ਬਹੁਤ ਵਧੀਆ ਜੀ, ਚੜ੍ਹਦੀ ਕਲਾ ਦਾ ਜੀ। ਗੁਰੂ ਦਾ ਸਿੰਘ ਆ, ਜੋ ਬੋਲਦਾ ਸੱਚ ਬੋਲਦਾ, ਕੋਈ ਝੂਠ ਨਹੀਂ ਕਿਸੇ ਨੂੰ, ਕੋਈ ਇੱਧਰ ਉੱਧਰ ਦੀ ਗੱਲ ਨਹੀਂ ਕਰਦਾ, ਜੋ ਵੀ ਬਿਮਾਰੀ ਆ ਕਿਸੇ ਤਰ੍ਹਾਂ ਦੀ ਵੀ ਉਹ ਦੱਸ ਕੇ ਆਉਂਦਾ, ਦਵਾਈ ਬੂਟੀ ਵੀ ਦੱਸ ਦਿੰਦਾ, ਹਰ ਤਰ੍ਹਾਂ ਦੇ ਫਾਇਦੇ ਫਾਇਦੇ ਸੋਚਣੇ ਆ ਜੀ ਜੀ। ਇਹਨੇ ਪੈਰ ਬਣਾ ਕੇ ਵੀਰ ਨੇ, ਗੁਰਪ੍ਰੀਤ ਨੇ, ਤੇ ਦਵਾਈਆਂ ਬੂਟੀਆਂ ਬਾਰੇ ਵੀ ਦੱਸ ਦੇਣਾ, ਉਹਦੀ ਡਾਇਟ ਬਾਰੇ, ਜੋ ਉਹਨੂੰ ਨੁਕਸ ਹੈ ਘੋੜੇ ਨੂੰ, ਕੋਈ ਹੋਰ ਅੰਦਰੂਨੀ ਸਾਰਾ ਉਹ ਵੀ ਦੱਸ ਦੇਣਾ ਜੀ ਜੀ। ਜਿਹੜਾ ਵੀਰ ਪੈਸੇ ਲੈਂਦਾ ਉਹਦੂ ਦੁੱਗਣਾ, ਤਾਂ ਦਵਾਈਆਂ ਬੂਟੀਆਂ ਦੱਸ ਦਿੰਦਾ ਦੱਸ ਦਿੰਦਾ ਜੀ। ਕਈ ਵਾਰ 1000 ਰੁਪਇਆ ਇਹਨੇ ਪੈਰ ਬਣਾਉਣ ਦਾ ਲੈਣਾ, ਤੇ 1000 ਤੋਂ ਬਾਅਦ 2000 ਦੇ ਨੇ, ਉਸ ਤਰ੍ਹਾਂ ਦਾ ਜਿਹੜੇ ਟੀਕੇ ਦਿੰਦੇ ਹੋ। ਹਾਂਜੀ ਹਾਂਜੀ, ਉਹ ਮੈਡੀਸਨ ਵੀ ਆਪਾਂ ਲਾਉਂਦੇ ਹਾਂ, ਹੈ ਨਾ ਜੀ, ਤੇ ਉਹ ਚੀਜ਼ ਹੁੰਦੀ ਆ। ਬਾਕੀ ਤੁਸੀਂ ਆਪ ਜੀ ਥੋੜ੍ਹਾ ਇਹ ਜਾਣਕਾਰੀ ਦਿਓ ਵੀ ਜਿੱਦਾਂ ਘੋੜਿਆਂ ਨੂੰ ਸੇਕਾ ਵਗੈਰਾ ਲਾਉਂਦੇ ਆ, ਉਹ ਲਾਣੇ ਜ਼ਰੂਰੀ ਆ ਜਾਂ ਸਾਰਿਆਂ ਨੂੰ ਬੈਸਟ ਆ ਜਿਹੜਾ? ਬਹੁਤ ਵਧੀਆ ਜੀ, ਪੱਟੀ ਪੁੱਟੀ ਜੀ ਲਾ ਕੇ ਪਲਸਤਰ ਪੱਟੀ ਜੀ, ਹਾਂਜੀ, ਸਾਨੂੰ ਇਹਦੇ ਬਾਰੇ ਪਤਾ ਵੀ ਨਹੀਂ, ਕੋਈ ਪਲਸਤਰ ਪੱਟੀ ਲਾ ਕੇ ਬਿਲਕੁਲ ਰੈਡੀ ਕਰਤਾ, ਹਾਂਜੀ, ਕੋਈ ਤਕਲੀਫ ਨਹੀਂ ਆਉਂਦੀ, ਕੋਈ ਦਿੱਕਤ ਨਹੀਂ ਆਉਂਦੀ, ਸੇਕਿਆਂ ਨਾਲ ਘੋੜੇ ਨੂੰ ਦਿੱਕਤ ਆਉਂਦੀ ਹੈ। ਹਾਂਜੀ ਹਾਂਜੀ, ਆਪਾਂ ਕੋਈ ਇਹਦੀ ਨਸਾ ਬਲੌਕ ਨਹੀਂ ਕਰੀਆਂ, ਹਨਾ, ਜ਼ਿਆਦਾਤਰ ਖਰਾਬ ਹੋਣ ਲੱਗ ਜਾਣਗੇ ਜੀ, ਚੜ੍ਹਦੀ ਕਲਾ ਦਾ ਜੀ। ਹਾਂਜੀ ਹਾਂਜੀ, ਕੋਈ ਨੂੰ ਤਕਲੀਫ ਨਹੀਂ ਆਈ, ਕੋਈ ਪਤਾ ਹੀ ਨਹੀਂ ਲੱਗਿਆ ਵੀ ਮੇਰੇ ਪੈਰਾਂ ਤੇ ਕੁਝ। ਹਾਂਜੀ ਹਾਂਜੀ, ਆਪਾਂ ਕੋਈ ਬਰਫ ਨਹੀਂ ਲਾਈ, ਕੁਝ ਨਹੀਂ ਕੀਤਾ ਨਾ, ਬਿਲਕੁਲ ਚੜ੍ਹਦੀ ਕਲਾ ਦਾ ਘੋੜੇ ਦੇ ਪੈਰ ਦੇ। ਹਾਂਜੀ ਹਾਂਜੀ, ਐ ਵਿੱਚੋਂ ਵੀ ਸਾਫ਼ ਆ, ਬਿਲਕੁਲ ਚੜ੍ਹਦੀ ਕਲਾ ਦੇ। ਹਾਂਜੀ, ਆ ਦੇਖ ਲਓ ਵਿੱਚੋਂ ਗੜਵੇ ਵਰਗੇ ਪੈਰ ਪਏ, ਅੱਗੇ ਪਹਿਲਾਂ ਬਲੱਡ ਆਂਦਾ ਸੀ, ਹਨਾ, ਪਹਿਲਾਂ ਗਲਕੇ ਸੀ ਜੀ ਬਾਬਾ ਜੀ, ਮਤਲਬ ਕਿ ਬੁਰਾ ਹਾਲ ਹੋ ਗਿਆ ਸੀ, ਬੁਰਾ ਹਾਲ ਹੋ ਗਿਆ ਸੀ, ਹਨਾ, ਥੋੜਾ ਪੈਰ ਨਹੀਂ ਸੀ ਚੱਕਦਾ ਤੇ ਨਾ। ਹਾਂਜੀ ਬਾਬਾ ਜੀ, ਇਧਰਲਾ ਪੈਰ ਵੀ ਦਿਖਾ ਦਿਓ ਇੱਕ ਵਾਰੀ, ਆ ਦੇਖੋ ਬਾਬਾ ਜੀ, ਪੂਰੀ ਚੜ੍ਹਦੀ ਕਲਾ ਦੀ ਜੀ ਸਵਾਈ।
ਤੇ ਇਹੋ ਜਿਹਾ ਕੰਮ ਬਾਬਾ ਜੀ ਅਸੀਂ ਜ਼ਿੰਦਗੀ ਚ ਨਹੀਂ ਦੇਖਿਆ। ਹਾਂਜੀ ਹਾਂਜੀ ਪੂਰਾ ਰਿਕਵਰ ਕਰ ਦਿੱਤਾ ਮੈਂ, ਕੁਝ ਵੀ ਘੋੜਾ ਬਹੁਤ ਵਧੀਆ ਸੌਖਾ ਹੋ ਗਿਆ ਤੇ ਹੁਣ ਰਾਜੀ ਵੀ ਹੋਣ ਲੱਗ ਜੂ ਮਹਾਰਾਜ ਦੀ ਕਿਰਪਾ। ਆਹ ਦੇਖੋ ਜੀ ਪਹਿਲਾਂ ਨਾ ਜੰਮੀ ਘੋੜੇ ਤੋਂ ਤੁਰਨੀ ਹੁੰਦਾ ਸੀਗਾ ਤੇ ਹੁਣ ਇਹ ਸੁਬਹਾ ਚਾਲੇ ਚ ਜਾਣਾ ਇਹਨੇ 100 ਕਿਲੋਮੀਟਰ ਘੋੜੇ ਨੇ ਰੇੜਾ ਖਿੱਚਣਾ, ਰੇੜਾ ਉਹ ਰਿਹਾ ਸਾਹਮਣੇ। ਹਾਂਜੀ ਬੱਗੀ ਦੇ ਉੱਪਰ ਘੋੜਾ ਕੰਮ ਕਰ ਰਿਹਾ ਤੇ ਆਪ ਜੀ ਚੈੱਕ ਕਰ ਉਹਰੇ ਵਿੰਗੇ ਪੈਰ ਸੀਗੇ ਤੇ ਆਪਾਂ ਚਲੋ ਦੂਜੀ ਵਾਰ ਦੇ ਵਿੱਚ ਪੂਰੇ ਵਧੀਆ ਸੈੱਟ ਹੋ ਗਏ ਹੈ ਨਾ, ਬਹੁਤ ਫਰਕ ਪਾਇਆ ਜੀ। ਹਾਂਜੀ 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 ਤੇ ਜਿਹੜੇ ਕਹਿੰਦੇ ਜੀ 2 ਮਹੀਨੇ ਨੂੰ ਇੱਦਾਂ ਰੱਖੋ ਉੱਦਾਂ ਰੱਖੋ, ਇੱਦਾਂ ਦੀ ਕੋਈ ਗੱਲ ਨਹੀਂ ਜੀ ਕੋਈ। ਹਾਂਜੀ ਹਾਂਜੀ ਕੋਈ ਇੱਦਾਂ ਦਾ ਕਿਹਾ ਵੀ ਤੇ ਫਲਾਨੀ ਜੀ ਤੇ ਮਹਾਰਾਜ ਤੁਰਤ ਪੈਰ ਸਹੀ ਹੋ ਗਿਆ ਘੋੜਾ। ਹਾਂਜੀ ਬਿਲਕੁਲ ਚੜ੍ਹਦੀ ਆਪ ਜੀ ਖੁਸ਼ ਹੋ ਵਧੀਆ, ਮਹਾਈ ਕਿਰਪਾ ਗੁਰੂ ਦੀ ਪੂਰੀ ਖੁਸ਼ ਆ ਜੀ ਮਹਾਰਾਜ। ਧੰਨਵਾਦ ਜੀ ਜਿਉਂਦੇ ਵਸਦੇ ਰਹੋ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ ਘੋੜਿਆਂ ਦੀ ਸੇਵਾ ਹਨ ਤੇ ਵੇਲਿਆਂ ਦੀ ਸੇਵਾ ਬਖਸ਼ੇ, ਵੇਲਿਆਂ ਦੀ ਸੇਵਾ ਵੱਧ ਤੋਂ ਵੱਧ। ਆਪਾਂ ਇਹੀ ਸੰਦੇਸ਼ ਦੇਣਾ ਚਾਹੁੰਦੇ ਵੀ ਵੱਧ ਤੋਂ ਵੱਧ ਘੋੜੇ ਰੱਖੋ। ਹਾਂਜੀ ਹਾਂਜੀ ਤੇ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਕਰੋ। ਇਹ ਮਹਾਰਾਜ ਜੀ ਦੇ ਸਾਜੇ ਹੋਏ ਪੁਰਾਣੇ ਸ਼ਹੀਦ ਸਿੰਘ ਆ। ਜੀ 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 ਇਹਨਾਂ ਦੀ ਜਿੰਨੀ ਸੇਵਾ ਹੋ ਜੂ ਉਨੀ ਮਹਾਰਾਜ ਦੀ ਆ। ਹਾਂਜੀ ਹਾਂਜੀ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਫਾਰਮ ਵਾਲਿਆਂ ਨੂੰ ਵੀ ਇਹ ਦੇਸ਼ ਆ ਵੀ ਇਹਨਾਂ ਦਾ ਪਾਰ ਨਾਲੋਂ ਸੇਵਾ ਕੀਤੀ ਜਾਵੇ। ਅੱਛਾ ਜੀ ਇਹਦਾ ਨਾਮ ਜੋਗੀ ਆ ਜੀ, ਇਹ ਆਲੀਸ਼ਾਨ ਦਾ ਡਾਇਰੈਕਟ ਬੱਚਾ ਜੀ। ਬਾਬਾ ਜੀ ਕੋਲੇ ਗੱਦੀ ਵਾਲਾ ਘੋੜਾ ਇਹ। ਬਾਬਾ ਜੀ ਇਹਦੀ ਉਮਰ ਕਿੰਨੀ ਹੋ ਗਈ? ਇਹਦੀ ਉਮਰ ਤਾਂ ਕੋਈ ਅੰਦਾਜ਼ਾ ਨਹੀਂ, 10-12 ਸਾਲ ਤੋਂ ਸਾਡੇ 12 ਸਾਲ ਤੋਂ ਮਤਲਬ 14 ਸਾਲ ਦੇ ਆਸ ਪਾਸ ਹੋਊਗੀ। 14 ਸਾਲ ਦੇ ਆਸ ਪਾਸ ਉਮਰ ਹੈ ਜੀ ਇਹਦੀ। ਤੇ ਇਹਦੇ ਪੈਰਾਂ ਨੂੰ ਵੀ ਬਹੁਤ ਜ਼ਿਆਦਾ ਪਹਿਲਾਂ ਪ੍ਰੋਬਲਮ ਹੁੰਦੀ ਸੀ, ਹੁਣ ਸਾਰੇ ਨੋਰਮਲ ਹੋ ਗਏ ਆ ਤੇ ਇਹਦੀਆਂ ਗਾਮਚੀਆਂ ਵੀ ਬੈਠਦੀਆਂ ਸੀ ਬਹੁਤ ਜ਼ਿਆਦਾ ਹੈ ਨਾ। ਅਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇਹਦੇ 2-3 ਵਾਰ ਪੈਰ ਬਣਾਏ ਆ ਤਾਂ ਇਹ ਜਮ੍ਹਾਂ ਪ੍ਰੋਪਰ ਕੰਪਲੀਟ ਹੋ ਗਏ ਪੈਰ ਇਹਦੇ ਪੂਰੇ ਵਧੀਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ। ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।